हां जी दोस्तों किद्दा सारे मैं भी सोचा यार मैं वोट ਪਾਉਂਦਾ ਬਿਲਕੁਲ ਮੰਨੀ ਸੀ ਬਟ ਮੇਰੇ ਘਰ ਦੇ ਨਿਕਾ ਚਾਹ ਬੋਟ ਪਾ ਕੇ ਆ ਫਿਰ ਮੈਂ ਸੋਚਿਆ ਚੱਲ ਮੇਰੀ ਕੀ ਪਤਾ ਇੱਕ ਵੋਟ ਨਾਲ ਜੋ ਮੈਂ ਚੋਣਾ ਉਹ ਹੋਈ ਜਾਵੇ ਇਸ ਕਰਕੇ ਮੈਂ ਧੁੱਪ ਨੂੰ ਚੀਰਦਾ ਹੋਇਆ ਹਾਰ ਲਿਆ ਆਪਣਾ ਚੱਕਿਆ ਤੇ ਫਿਰ ਮੈਂ ਨਿਕਲਿਆ ਗਲੀਆਂ ਦੇ ਸਨਾਟੇ ਨੂੰ ਚੀਰਦਾ ਹੋਇਆ ਇੱਥੇ ਮੈਂ ਇੱਕ 12 ਸਾਲ ਦੇ ਬੱਚੇ ਨੂੰ ਸਮਝਾਇਆ ਕਿ ਵੋਟ ਪਾਣੀ ਕਿੰਨੀ ਜ਼ਰੂਰੀ ਹੈ ਪਰ ਉਹ ਕਹਿੰਦਾ ਕਿ ਭਰਾਵਾ ਤੂੰ ਆਪਣਾ ਕੰਮ ਕਰ ਕਿਉਂਕਿ ਵੋਟ 18 ਸਾਲ ਦੇ ਬੱਚੇ ਪਾਉਂਦੇ ਹੁੰਦੇ ਆ ਤੇ ਹਜੇ ਮੈਂ 18 ਦਾ ਨਹੀਂ ਹੋਇਆ ਤੇ ਉਹਦੇ ਨਾਲ ਮੈਂ ਥੋੜੀ ਦੇਰ ਕਲਾ ਕਲੇਸ਼ ਕਰਦੇ ਹੋਏ ਮੈਂ ਪਹੁੰਚ ਗਿਆ ਪੋਲਿੰਗ ਬੂਥ ਤੇ ਓਏ ਹੋਏ ਹੋ ਦੇਖਣ ਵਾਲਾ ਨਹਾਲ ਸੀ ਮੋਜੇ ਮੋਜਾ ਲੱਗੀਆਂ ਹੋਈਆਂ ਸੀ ਭਰਾਵਾ ਦੇਖੋ ਤਮੋੜੀਆਂ ਮੰਗੂ ਬੰਦੇ ਇਕੱਠੇ ਹੋਏ ਸੀ ਸਾਰਾ ਹੀ ਜਿੱਦਾਂ ਪਿੰਡ ਸਾਡਾ ਜਾਗਰੂਕ ਹੋ ਗਿਆ ਸੀ ਕਿ VOTING ਕਿੰਨੀ ਜ਼ਰੂਰੀ ਹੈ ਮੇਰੇ ਨਾਲੋਂ ਸ ਲੋਕਾਂ ਨੂੰ ਜ਼ਿਆਦਾ ਪਤਾ ਲੱਗਿਆ ਸੀ ਤੇ ਇਸ ਕਰਕੇ ਫਿਰ ਮੈਂ ਉੱਥੇ ਪਹੁੰਚਿਆ ਪਰ ਦੇਖੋ ਕੀ ਹੋਇਆ ਮੈਂ ਸੜਾ ਆਪਣਾ ਕਾਗਜ਼ੀ ਭੁੱਲ ਗਿਆ ਘਰ ਫਿਰ ਮੈਨੂੰ ਵਾਪਸ ਭੇਜਿਆ ਗਿਆ ਤੇ ਮੈਂ ਫਿਰ ਆਪਣਾ ਕਾਗਜ਼ ਲੈ ਕੇ ਵਾਪਸ ਆਉਂਦਾ ਹੋਇਆ ਸਟਰਗਲ ਕਰਦਾ ਸੀ ਆ ਚੱਕ ਮੇਰਾ ਮੋਟਰਸਾਈਕਲ ਬੰਦ ਪਰ ਰਸਤੇ ਵਿੱਚ ਜਿੱਲਾ ਮੈਂ ਦੇਖਿਆ ਸ਼ਬੀਲ ਲੱਗੀ ਆ ਜਿੱਥੇ ਕਿ ਸਾਰੀ ਦੁਨੀਆ ਦੇ ਵਿੱਚ ਪਾਣੀ ਗਰਮੀਆਂ ਚ ਮਹਿੰਗਾ ਹੋ ਜਾਂਦਾ ਉੱਥੇ ਸਾਡੇ ਪੰਜਾਬੀ ਠੰਡਾ ਵਰਤਉਂਦੇ ਨੇ ਠੰਡੀ ਸ਼ਬੀਲ ਵਰਤਉਂਦੇ ਨੇ ਸ਼ਬੀਲ ਪੀਕੇਫੇ ਮੈਂ ਵੋਟ ਪਾਈ ਵੋਟ ਪਾ ਕੇ ਫਿਰ ਮੈਂ ਸੋਚਿਆ ਕਿ ਜਿਹੜਾ ਮੇਰੇ ਘਰ ਦਾ ਜਿਹੜਾ ਬਾਗੀਚਾ ਇਹਦੇ ਵਿੱਚ ਇੱਕ ਗੰਦਾ ਫੁੱਲ ਲੱਗਿਆ ਸੀ ਉਹ ਮੈਂ ਆਪਣੇ ਪੰਜੇ ਨਾਲ ਤੋੜ ਕੇ ਝਾੜੂ ਨਾਲ ਸਫਾਈ ਕਰਕੇ ਆਇਆ ਤੇ ਮੈਨੂੰ ਆਪਣੇ ਆਪ ਤੇ ਬਹੁਤ ਪ੍ਰਾਊਡ ਫੀਲ ਹੋਇਆ ਫਿਰ ਪ੍ਰਾਊਡ ਫੀਲ ਹੋਇਆ ਤੇ ਮੈਂ ਦੋ ਗਲਾਸ ਹੋਰ ਮੈਂ ਸ਼ਬੀਲ ਦੇ ਸੁੱਟੇ ਤੇ ਫਿਰ ਮੈਂ ਘਰ ਨੂੰ ਆਇਆ ਇਹੀ ਸੋਚਦਾ ਆਇਆ ਕਿ ਵਾਹ ਮੈਂ ਯਾ ਤਾਂ ਮੈਂ ਆਪਣੇ ਘਰ ਪਹੁੰਚ ਗਿਆ ਮੈਂ ਤੁਹਾਨੂੰ ਵੀ ਇਹੀ ਸਲਾਹ ਦਊਂਗਾ ਪਲੀਜ਼ ਤੁਸੀਂ ਵੀ ਵੋਟ ਪਾ ਕੇ ਆਇਓ ਆਪਣਾ ਕੀਮਤੀ ਵੋਟ ਵਿਅਰਥ ਨਾ